ਆਜ਼ਾਦੀ ਦਾ ਅਮਰਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੋਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਭਾਰਤ ਦੇ ਮਹਾਨ ਸਮਾਜ ਸੁਧਾਰਕ ਅਤੇ ਸੁਤੰਤਰਤਾ ਸਨਾਨੀ ਐਨੀ ਬੇਸੈਂਟ ਰਗੂਪਤੀ ਵੈਂਕਟ ਰਤਨਮ ਨਾਇਡੂ ਅਤੇ ਹਿਰਦੇਨਾਥ ਕੁੰਜਰੂ ਦੇ ਸੰਘਰਸ਼ ਬਾਰੇ ਦੱਸ ਰਹੇ ਹਾਂ पेशे एक रिपोर्ट एक महान समाज सुधारक ਤੇ ਭਾਰਤੀ ਆਜ਼ਾਦੀ ਸੰਗਰਾਮ ਦੇ ਸਭ ਤੋਂ ਮਾਣਯੋਗ ਨੁਮਾਇੰਦਿਆਂ ਵਿੱਚੋਂ ਇੱਕ ਐਨੀ ਬੈਸੈਂਟ ਦਾ ਜਨਮ 1 ਅਕਤੂਬਰ 1847 ਨੂੰ ਲੰਡਨ ਵਿੱਚ ਹੋਇਆ ਸੀ ਉਹ ਤਤਕਾਲੀ ਸੰਸਦ ਚਾਰਲਸ ਬ੍ਰੈਡਲਾ ਦੀ ਅਗਵਾਈ ਵਿੱਚ ਆਜ਼ਾਦ ਵਿਚਾਰ ਤੇ ਕਟੜਪੰਥੀ ਅੰਦੋਲਨਾਂ ਵਿੱਚ ਸ਼ਾਮਲ ਸਨ ਐਨੀ ਬੈਸੈਂਟ ਮਜ਼ਦੂਰ ਸੰਗ ਕੌਮੀ ਸਿੱਖਿਆ ਮਹਿਲਾਵਾਂ ਨੂੰ ਮਤਦਾਨ ਦਾ ਅਧਿਕਾਰ ਅਤੇ ਜਨਮ ਨਿਯੰਤਰਣ ਵਰਗੇ ਅਗਰਨੀ ਵਿਚਾਰਾਂ ਦੇ ਪੱਖ ਵਿੱਚ ਸੀ 1899 ਵਿੱਚ ਐਨੀ ਬੇਸੈਂਟ ਥੀਓਸੋਫੀਕਲ ਸੁਸਾਇਟੀ ਵਿੱਚ ਸ਼ਾਮਲ ਹੋਈ ਜੋ ਕਰਮ ਤੇ ਮੁੜ ਜਨਮ ਦੇ ਹਿੰਦੂ ਵਿਚਾਰਾਂ ਉੱਪਰ ਆਧਾਰਿਤ ਇੱਕ ਧਾਰਮਿਕ ਅੰਦੋਲਨ ਸੀ ਉਹਨਾਂ ਨੇ 1893 ਵਿੱਚ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਵਿੱਚ ਥੀਓਸੋਫੀਕਲ ਸੁਸਾਇਟੀ ਦੀ ਨੁਮਾਇੰਦਗੀ ਕੀਤੀ ਵਲਿਤੇ ਗਿਆਨ ਜੋਤੀ ਸકલ ਜਨ ਹਿਤੇ ਨਮਨ ਮਾਵਸੰਤ ਦੇਵੀ ਜਗਤ ਵੰਦੀਤੇ ਐਨੀ ਬਸੈਂਟ 1893 ਵਿੱਚ ਭਾਰਤ ਆਈ ਤੇ ਉਹਨਾਂ ਨੂੰ ਇੱਥੋਂ ਦੀ ਮਿੱਟੀ ਨਾਲ ਪਿਆਰ ਹੋ ਗਿਆ ਉਹ ਮਹਿਲਾਵਾਂ ਦੀ ਆਜ਼ਾਦੀ ਸਿੱਖਿਆ ਤੇ ਵਿਸ਼ੇ ਸ਼ਰੂਪ ਵਿੱਚ ਉਹਨਾਂ ਦੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਦੇ ਪੱਖ ਵਿੱਚ ਖੜੀ ਸੀ ਮਹਾਤਮਾ ਗਾਂਧੀ ਨੇ ਇੱਕ ਵਾਰ ਐਨੀ ਬੇਸੰਡ ਦੇ ਬਾਰੇ ਕਿਹਾ ਸੀ ਕਿ ਉਹਨਾਂ ਨੇ ਭਾਰਤੀ ਲੋਕਾਂ ਨੂੰ ਗੋੜੀ ਨੀਂਦ ਤੋਂ ਜਗਾਇਆ ਏ ਉਹਨਾਂ ਨੇ ਲੋਕਮਾਨਯ ਤਿਲਕ ਦੇ ਨਾਲ 1916 ਵਿੱਚ ਹੋਮ ਰੂਲ ਲੀਗ ਦੀ ਸੈ ਸਥਾਪਨਾ ਕੀਤੀ ਜਿਸ ਦਾ ਮੰਤਵ ਭਾਰਤ ਵਿੱਚ ਲੋਕਤੰਤਰ ਅਤੇ ਸਾਮਰਾਜ ਦੇ ਅੰਦਰ ਪ੍ਰਭੂਤਾ ਵਾਸਤੇ ਮੋਹਮ ਚਲਾਉਣਾ ਸੀ ਜੂਨ 1917 ਵਿੱਚ ਜਦ ਬ੍ਰਿਟਾਨਵੀ ਸਮਾਜ ਨੇ ਐਨੀ ਬੈਸੈਂਟ ਨੂੰ ਗ੍ਰਿਫਤਾਰ ਕੀਤਾ ਤਾਂ ਕਾਂਗਰਸ ਅਤੇ ਮੁਸਲਿਮ ਲੀਗ ਦੋਵਾਂ ਨੇ ਇਹਦਾ ਸਖਤ ਵਿਰੋਧ ਕੀਤਾ ਸਤੰਬਰ 1917 ਵਿੱਚ ਜਦ ਬੈਸੈਂਟ ਨੂੰ ਰਿਹਾ ਕੀਤਾ ਗਿਆ ਤਾਂ ਦੇਸ਼ ਭਰ ਤੋਂ ਲੋਕਾਂ ਦੇ ਹਜੂਮ ਨੇ ਉਹਨਾਂ ਦਾ ਸਵਾਗਤ ਕੀਤਾ ਬਾਅਦ ਵਿੱਚ ਦਸੰਬਰ 1917 ਵਿੱਚ ਉਹਨਾਂ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਦੇ ਰੂਪ ਵਿੱਚ ਚੁਣਿਆ ਗਿਆ एनी बेसेंट ने उन्नीस सौ सिंह, बनारस के महाराजा प्रभु नारायण सिंह मदन मोहन मालविया लाल सहायता नाल, बनारस हिंदू यूनिवर्सिटी की स्थापना की थी। बाद ने उन्नीस सौ बई हैदराबाद राष्ट्रीय कॉलजिएट बोर्ड भारत की स्थापना सहयोग किया भी सितंबर उन्नीस सौ तेती चेन्नई एनी बेसेंट का देहांत हो गया ਰਘੁਪਤੀ ਵੈਂਕਟਰਤਨਮ ਨਾਇਡੂ ਦਾ ਜਨਮ 1 ਅਕਤੂਬਰ 1862 ਨੂੰ ਆਂਧਰਾ ਪ੍ਰਦੇਸ਼ ਦੇ ਮਛਲੀ ਪਟਨਾ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਰਘੁਪਤੀ ਅਪਾਇਆ ਨਾਇਡੂ ਸੈਨਾ ਵਿੱਚ ਸੂਬੇਦਾਰ ਸਨ ਤੇ ਉਹ ਚੰਦਰਪੁਰ ਵਿੱਚ ਰਹਿੰਦੇ ਸਨ। ਇਸ ਨਾਲ ਰਘੁਪਤੀ ਵੈਂਕਟਰਤਨਮ ਨੂੰ ਹਿੰਦੀ, ਉਰਦੂ ਤੇ ਫਾਰਸੀ ਜ਼ੁਬਾਨਾਂ ਦਾ ਗਿਆਨ ਹਾਸਲ ਕਰਨ ਵਿੱਚ ਮਦਦ ਮਿਲੀ। ਉਹਨਾਂ ਨੇ ਮਦਰਾਸ ਕ੍ਰਿਸਚੀਅਨ ਕਾਲਜ ਤੋਂ ਬੀਏ ਕੀਤੀ। ਉਨਾਂ ਨੇ ਮ드ਰਾਸ ਯੂਨੀਵਰਸਿਟੀ ਤੋਂ ਐਮਏ ਤੇ ਐਲਟੀ ਪੂਰਾ ਕਰਨ ਵਾਸਤੇ ਅੱਗੇ ਦੀ ਸਿੱਖਿਆ ਜਾਰੀ ਰੱਖੀ। ਰਘੁਪਤੀ ਵੈਂਕਟਰਤਨਮ ਨੇ ਲੋਕਾਂ ਨੂੰ ਇਮਾਨਦਾਰ ਨਾਗਰਿਕ ਦੇ ਤੌਰ ਤੇ ਸਿੱਖਿਅਤ ਕਰਨ ਲਈ 1891 ਵਿੱਚ ਸਮਾਜਿਕ ਸ਼ੁੱਧਤਾ ਸੰਗ ਦੀ ਸਥਾਪਨਾ ਕੀਤੀ। ਉਹਨਾਂ ਨੇ ਛੂਤਛਾਤ ਦੇ ਖਾਤਮੇ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ਕੰਮ ਕੀਤਾ ਤੇ ਉਹਨਾਂ ਲਈ ਇੱਕ ਅनाथ ਆਸ਼ਰਮ ਤੇ ਵਿਦਿਆਰਥੀਆਂ ਦੇ ਰਹਿਣ ਵਾਸਤੇ ਇੱਕ ਹੋਸਟਲ ਦੀ ਸਥਾਪਨਾ ਕੀਤੀ। ਰਘੁਪਤੀ ਵੈਂਕਟਰਾਤਨਮ ਨੇ ਆਂਧਰਾ ਵਿੱਚ ਦੇਵਦਾਸੀ ਪ੍ਰਥਾ ਦੇ ਖਾਤਮੇ ਲਈ ਯਤਨ ਕੀਤੇ ਤੇ ਕਾਫੀ ਹੱਦ ਤੱਕ ਉਹ ਇਸ ਵਿੱਚ ਸਫਲ ਵੀ ਰਹੇ ਰਘੁਪਤੀ ਵੈਂਕਟਰਾਤਨਮ ਨੇ ਵਿਦਵਾ ਮੁੜ ਵਿਆਹ ਨੂੰ ਉਤਸ਼ਾਹਿਤ ਕੀਤਾ ਤੇ ਮਹਿਲਾ ਸਿੱਖਿਆ ਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਆਂਧਰਾ ਵਿੱਚ ਬ੍ਰਹਮ ਸਮਾਜ ਅੰਦੋਲਨ ਨੂੰ ਅੱਗੇ ਵਧਾਇਆ ਇਨ੍ਹਾਂ ਸਾਰੇ ਸਮਾਜਿਕ ਸੁਧਾਰਾਂ ਕਾਰਨ ਵੀਰ ਸੰਗਿਲਮ ਪੰਤਲੂ ਮਗਰੋਂ ਆਂਧਰਾ ਦੇ ਦੂਜੇ ਮਹਾਨ ਸਮਾਜ ਸੁਧਾਰਕ ਦੇ ਰੂਪ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਰਗੁਪਤੀ ਵੈਂਕਟਰਾਤਨਮ ਨੇ 26 ਮਈ 1939 ਨੂੰ ਅੰਤਿਮ ਸਾਹ ਲਏ। ਅੱਜ ਦੇ ਹੀ ਦਿਨ ਹ੍ਰਿਦੇਨਾਥ ਕੁੰਜਰੂ ਦਾ ਜਨਮ 1887 ਵਿੱਚ ਹੋਇਆ ਸੀ। ਉਹ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਤੇ ਮੰਨੀ ਪਰਮੰਨੀ ਹਸਤੀ ਸਨ। ਹ੍ਰਿਦੇਨਾਥ ਤਕਰੀਬਨ 4 ਦਹਾਕਿਆਂ ਤੱਕ ਪ੍ਰਦੇਸ਼ਿਕ ਤੇ ਕੇਂਦਰੀ ਪੱਧਰ ਉੱਪਰ ਵੱਖ-ਵੱਖ ਵਧਾਈ ਸੰਸਾਮਾ ਵਿੱਚ ਸੇਵਾ ਨਿਭਾਉਂਦੇ ਰਹੇ। ਇੱਕ ਤਜਰਬੇਕਾਰ ਸੰਸਦਵੀ ਵੀ ਸਨ। ਉਹ ਭਾਰਤੀ ਸੰਵਿਧਾਨ ਸਭਾ 1946 ਤੋਂ 1950 ਤੱਕ ਮੈਂਬਰ ਵੀ ਰਹੇ। ਉਹਨਾਂ ਦੀ ਕੌਮਾਂਤਰੀ ਮਾਮਲਿਆਂ ਵਿੱਚ ਡੂੰਗੀ ਦਿਲਚਸਪੀ ਸੀ। ਹਰੀਦੇਨਾਥ ਇੰਡੀਅਨ ਕਾਉਂਸਲ ਆਫ ਵਰਲਡ ਅਫੇਅਰ ਤੇ ਇੰਡੀਅਨ ਸਕੂਲ ਆਫ ਇੰਟਰਨੈਸ਼ਨਲ ਸਟੱਡੀ ਦੇ ਸਹਿ ਸੰਸਥਾਪਕ ਸਨ। ਹਰੀਦੇਨਾਥ ਕੁੰਜਰੇ ਨੇ 3 April 1978 ਨੂੰ ਆਖਰੀ ਸਾਲ ਲਏ।